ਵਧੀਆ ਰਿਜ਼ਲਟ ਹਾਂ ਵਧੀਆ ਜੀ ਵੇਖੋ ਰੂਮ ਵਰਗੀ ਪੈਲੀ ਬਣ ਗਈ ਰੂਮ ਵਰਗੀ ਲੋਹੇ ਵਰਗੀ ਪੈਲੀ ਸੀ ਜੀ ਪਹਿਲਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅਤੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਚੋਪਰ 'ਤੇ ਚੱਲਦਾ ਦਿਖਾਇਆ ਸੀ ਹੋਲ ਐਂਡ 3630 4x4 ਅਤੇ ਹੁਣ ਦਿਖਾਉਣ ਦੇ ਤੁਹਾਨੂੰ 855 ਅਤੇ ਇਹਦੇ ਤੋਂ ਬਾਅਦ ਦਿਖਾਵਾਂਗੇ ਪਲੋ 'ਤੇ ਚੱਲਦਾ ਟਰੈਕਟਰ 3630 4x4 ਅਤੇ ਰੂਟਾਵੇਟਰ 'ਤੇ ਵੀ ਚੱਲਦਾ ਦਿਖਾਉਂਦੇ ਹਾਂ ਅਤੇ जग्गी वाला ना ये वेख्या 55 चलता तो हुण तुहानूं दिखाउंदे आ 3630 4x4 पलो ते चलता तो किन्ना किन्ना डूंगा करन डिया ते की पिछे होण डिया सिस्टम किन्ना भी अफूस दिखण डिया क्योंकि अफूस इन्ना इन्ना वेखो पिछली वीडियो तुहानूं दिखाया सी वेखो भी किन्ना क दिखदा ते तुहानूं दिखाउंदे आ ये चलन डिया जी पलो ये पिछे बन डिया हजे वाण भरने किन्ने साल तो करन डिया तू चार साल हो गए रूम वर्गी पैली बन गई रूम वर्गी लोहे वर्गी पैली जी पहला किन्ने नहीं चार पांच साल च भैन ज्यादा नहीं अद्धा दा फुट उच्चा हो गया चलदा पलो ते दिखावांगे टू व्हील ते चलदा फोर व्हील ते चलदा टू व्हील दी खिचाई दिखाउने आ ते फोर व्हील दी खिचाई दिखाउने आ ते परां चलन डिया रूटावेटर ओ वी दिखाउने आ ट्रैक्टर कर लिया स्टार्ट ते वाण पुट्टण डिया 6-6 इंच 7-7 इंच आ इहनू 4-5 साल हो गए लगातार ही ये काम करदे नू की होने दे चे जमें मार मार के रूटावेटर ते इहनू भर देना इंजी पैली नू ते उस तों बाद इहनू फिर तैयार करना ते हुण दिखाउने आ जी पासा पलट ते चलदा ये जो चार चार पांच पांच गेड़े साइडों तो बाद लगते हैं खिचाई पूरी करता ट्रैक्टर फोर व्हील चलन डे इस टाइम फोर व्हील तो टू व्हील करा के दिखाने टू व्हील भी दिखाने और दो करी दो हेलो दो करी पिछले टायर से करते अगले कट दे हम टू व्हील करते हैं पिछले पिछले टायर ਇਹਦੀ ਖਿਚਾਈ ਆ ਵੇਖ ਲਓ ਇੰਨੀ ਫਰਕ ਪੈਂਦਾ ਜੇ ਹੁਣ ਇਹ ਪ੍ਰੋਸੀਜਰ ਹੈ ਇਹਦਾ
ਬਾਕੀ ਨਹੀਂ ਬਹੁਤ ਔਖਾ ਵਾ ਇਹ ਫਲੋ ਇੰਨਾ ਖਿੱਚਣਾ ਵੀ ਐਵੇਂ ਖਿੱਚਿਆ ਨਹੀਂ ਜਾਂਦਾ ਹੁਣ ਫੋਰ ਵੀਲ ਕਰਕੇ ਦਿਖਾਉਂਦੇ ਹਾਂ ਬਹੁਤ ਔਖਾ ਚੱਲਦਾ ਨਹੀਂ ਮਗਰ ਹੁਣ ਫੋਰ ਵੀਲ 'ਚ ਹੀ ਦੇਖਿਓ ਤੁਸੀਂ ਇਹੋ ਟਰੈਕਟਰ ਵਿੱਚ ਸੌਖਾ ਨਾ ਟਰੈਕਟਰ 'ਤੇ ਲੋਡ ਕੋਈ ਇਹ ਇਹਦਾ ਸਭ ਤੋਂ ਜ਼ਿਆਦਾ ਵਧੀਆ ਤਰੀਕਾ ਸਿਸਟਮ ਜਿਹੜਾ ਕਿ ਇਹਦਾ ਫੋਰ ਵੀਲ ਦਾ ਟੂ ਵੀਲ ਦਾ ਸਿਸਟਮ ਆ ਕਿ ਫੋਰ ਬਾਲ ਫੋਰ ਦਾ ਟਰੈਕਟਰ ਤਾਂ ਕਾਮਯਾਬ ਆ ਹੋਸ ਪਾਵਰ ਨਹੀਂ ਮੈਟਰ ਕਰਦੀ ਸਿਰਫ ਇਸ ਟਾਈਮ ਮੈਟਰ ਕਰਦਾ ਕਿ ਉਹਨੂੰ ਫੋਰ ਵੀਲ ਜਿਹੜਾ ਖਿੱਚਣ ਡਿਆ ਪਲੋ ਪੁੱਟਣ ਡਿਆ ਵੇਖੋ ਵਾਹਣ ਬਣਾਉਣ ਡਿਆ ਅਤੇ ਲਾ ਲਓ ਇੱਥੋਂ ਤੱਕ ਕਮ ਤੋਂ ਕਮ ਪੰਜ ਪੰਜ ਛੇ ਛੇ ਫੁੱਟ ਲੈ ਜਾਂਦੀ ਆ ਛਿਹਾੜ ਦੇ ਹਿਸਾਬ ਨਾਲ ਅਤੇ ਜ਼ਮੀਨ ਵੇਖੋ ਇੰਝ ਨਹੀਂ ਜ਼ਮੀਨ ਪੂਰੀ ਡਾਕਰ ਆ ਡਾਕਰ ਪੂਰੀ ਡਾਕਰ ਜ਼ਮੀਨ ਜਿਵੇਂ ਪੱਥਰ ਜਿਵੇਂ ਹੁੰਦਾ ਨੀ ਪੱਥਰ ਅਤੇ ਇਹ ਪਰਾਲੀ ਇਹਦੇ 'ਚ ਪੈ ਪੈ ਕੇ ਹੀ ਇਹ ਜ਼ਮੀਨ ਵਧੀਆ ਬਣ ਗਈ ਹੁਣ ਕਿਤੇ ਕਿਤੇ ਤਾਂ ਕਲਰ ਹੀ ਇਹਦੇ 'ਚ ਸਾਰਾ ਖਤਮ ਹੋ ਗਿਆ ਕਲਰ ਕੁਲਰ ਕੋਈ ਉਹ ਰਹਿ ਗਿਆ ਇਹਨਾਂ ਦੇ ਇਹ 17-18 ਕਿੱਲੇ ਇਹਨਾਂ ਦੇ ਇੱਥੇ ਅਤੇ ਕੋਈ ਕਲਰ ਰਹਿ ਗਿਆ ਬਾਕੀ ਪਿੱਛੇ ਰੂਟਾਵੇਟਰ ਵੀ ਹੋਣ ਡਿਆ ਵਾ ਪੱਟੀ ਪਈ 3 ਕਿੱਲਿਆਂ ਦੀ ਅਤੇ ਵੀਡੀਓ ਪੂਰੀ ਵੇਖਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰਿਓ ਕਿਉਂਕਿ ਜਿਹੜੀ ਆਪਾਂ ਪਰਾਲੀ ਨੂੰ ਅੱਗ ਲਾਉਂਦੇ ਹਾਂ ਜਿਵੇਂ ਅੱਗ ਲਾਉਣ ਤੋਂ ਇਲਾਵਾ ਵੀ ਆਹ ਵੀ ਵਧੀਆ ਵਾ ਸਿਸਟਮ ਇਹਦੇ 'ਚ 2,000-2,200 ਰੁਪਇਆ ਖਰਚਾ ਆਉਂਦਾ ਟਰੈਕਟਰ 'ਤੇ ਜੇ ਆਪਣਾ ਸਿਸਟਮ ਸਾਧਨ ਹੋਵੇ ਵੀ ਪਹਿਲਾਂ ਚੋਪਰ ਮਾਰ ਕੇ ਪਲੋ ਮਾਰ ਦਿਉ ਬਾਅਦ 'ਚ ਰੂਟਾਵੇਟਰ ਮਾਰ ਦਿਉ ਬਾਅਦ ਇੰਜ ਭਰ ਦਿਉ ਅਤੇ ਜਦੋਂ ਨੂੰ ਵੱਤਰ ਆਉਣੀ ਉਦੋਂ ਨੂੰ ਕੋਈ ਪਰਾਲੀ ਦਾ ਜ਼ੋਰ ਨਹੀਂ ਰਹਿਣਾ ਪਰਾਲੀ ਖਤਮ ਵਿੱਚ ਹੀ ਰੱਜਣ ਦੀ ਨਾਲੇ ਤਾਕਤ ਬਣਦੀ ਪੈਲੀ ਦੀ ਜ਼ਮੀਨ ਦੀ ਅਤੇ ਨਾ ਨਾ ਕਰਦੇ 2-2 ਇੰਚ ਜ਼ਮੀਨ ਉੱਚੀ ਹੁੰਦੀ ਆ ਆਈ ਵਾਰ ਹੀ ਅਤੇ ਦਿਖਾਉਂਦੇ ਹਾਂ ਤੁਹਾਨੂੰ ਉਹਦੇ ਵੀ ਉਹਦਾ ਪਰਫੋਰਮੈਂਸ ਤਾਂ ਤੁਸੀਂ ਵੇਖ ਹੀ ਲਿਆ ਫੋਰ ਵੀਲ ਦਾ ਟੂ ਵੀਲ ਦਾ ਪਿੱਛੇ ਰੂਟਾਵੇਟਰ ਵੀ ਆਉਂਦਾ ਵੀ ਦਿਖਾਉਂਦੇ ਰੂਟਾਵੇਟਰ ਦਾ ਕਿੱਦਾਂ ਸਿਸਟਮ ਬਣ ਡਿਆ ਵਾ ਅਤੇ ਹੁਣ ਖੇਡ ਆ ਤਾਂ ਡਲੇ ਵੇਖ ਲਓ ਤੁਸੀਂ ਹਿਸਾਬ ਲਾ ਲਓ ਕਿੱਡੇ ਕਿੱਡੇ ਡਲੇ ਪੁੱਟਤੇ ਆ ਆਪਾਂ ਕਹਿਣ ਨੂੰ ਕਹਿ ਦਈਏ ਮਗਰ ਆਹ ਡਲਾ ਕੋਈ ਐਵੇਂ ਹੋਣਾ ਸਿਸਟਮ ਆ ਡਲਾ ਵੇਖਿਓ ਆ ਲਓ ਆਹ ਡਲਾ ਵੇਖਿਓ ਹੈਂ ਐਡੇ ਐਡੇ ਡਲੇ ਆਹ ਵੇਖੋ ਡਲੇ ਹੈਂ ਇਹ ਡਲੇ ਐਡੇ ਪੁੱਟਣੇ ਕੋਈ ਮਾੜੀ ਮੋਟੀ ਗੱਲ ਨਹੀਂ ਬਹੁਤ ਜ਼ੋਰ ਵਾਲਾ ਕੰਮ ਆ ਸਿਸਟਮ ਅਤੇ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰਿਓ ਜੀ ਸਿਰਫ ਇਹ ਫੋਰ ਵੀਲ ਕਰਕੇ ਹੀ ਇੰਨਾ ਭੱਜਾ ਫਿਰਦਾ ਵਾ ਨਹੀਂ ਤਾਂ ਜਿਵੇਂ ਟੂ ਵੀਲ 'ਚ ਤੁਸੀਂ ਵੇਖ ਹੀ ਲਿਆ ਵਾ ਨਹੀਂ ਜ਼ੋਰ ਮਾਰਦਾ ਟਰੈਕਟਰ ਅਤੇ ਨਾ ਹੀ ਕੋਈ ਗੱਲ ਬਣਦੀ ਜੀ ਸਿਰਫ 4x4 ਹੀ ਕਾਮਯਾਬ ਆ ਇਹਦੇ 'ਚ ਜੇ ਪਲੋ 'ਚ ਚਲਾਉਣਾ ਜੇ ਤਾਂ ਗੱਡਵਾਂ ਚਲਾਉਣਾ ਜੇ ਰੂਟਾਵੇਟਰ ਥੋੜ੍ਹਾ ਡੂੰਘਾ ਘੱਟ ਲੱਗਦਾ ਸੀ ਤਾਂ ਉਹਦੀਆਂ ਪੱਤੀਆਂ ਚੁੱਕਣ ਲੱਗੇ ਆ ਪਰਲੇ ਪਾਸੇ ਚੱਲਦੀ ਪਾਨਾ ਵੇਲਾ ਪਾਉਣਾ ਹੈ ਤਾਂ ਜਾ ਕੇ ਭੈਣ ਚੋਂ ਪਰਾਇਆ ਜਾ ਆ ਖਲੋਤੇ ਉਹਨਾਂ ਦੇ ਵਿੱਚ ਖਲੋਤਿਆਂ 'ਚ ਮਾਰ ਕੇ ਗਏ ਹਾਂ ਉਦਣ ਕਟਰ ਹੈ ਨਹੀਂ ਫੇਰਿਆ ਮੌਕੇ 'ਤੇ ਕੰਮ ਖਲੋ ਗਿਆ ਸੀ ਸਾਰਾ ਪੱਤੀਆਂ ਕਰਕੇ ਹੁਣ ਦੂੰਗਾ ਇਹਦਾ ਵੇਖਣਾ ਕਿੰਨਾ ਕੁ ਸਿਸਟਮ ਚੱਲਦਾ ਵੀ ਇਹਦੇ ਪਰਾਲਾ ਪਰੂਲ ਲੰਘਾਈ ਜਾਣ ਦਾ ਮੁੰਡਾ ਦਿਖਾਉਣਾ ਸਾਨੂੰ ਡਲੇ ਬਰੀਕ ਹੋ ਗਈ ਇਹਦੇ 'ਚ ਵੇਖ ਬਰੀਕ ਹੋ ਗਈ ਹੁਣ ਡੂੰਘੇ ਕਰਕੇ ਉਹਦੇ ਨਾਲ ਬਰੀਕ ਹੋ ਗਈ ਦੇਖੋ ਉਹ ਤਾਂ ਪੈਲੀ ਚੇਚ ਫਰਕ ਵੇਖ ਕਿਉਂਕਿ ਡੂੰਘਾ ਹੋ ਗਿਆ ਨਾ ਡੂੰਘਾ ਹੁਣ ਗੇੜਾ ਬਰੀਕ ਕਰੀ ਜਿਹੜਾ ਹੁਣ ਮਾਰ ਲੈਂਦੇ
ਨਹੀਂ ਦਿਖਣੀ ਭੈਣ ਚੋ ਪੈਲੀ ਦੇ ਵਿੱਚ ਵੀ ਇੱਥੇ ਨੀਵਾਂ ਲੱਗਾ ਉੱਚਾ ਲੱਗਾ। ਚਲੋ ਛੇੜੋ ਛੇੜੋ ਟਾਈਮ ਨਹੀਂ ਖਲੋਣ ਦਾ, ਟਾਈਮ ਨਹੀਂ, ਦਿੱਲੀ ਬੜੀ ਦੂਰ ਆ ਜੇ। ਆ ਜਿੰਨੇ ਫਾਨੇ ਇੱਧਰ ਦਿਖਣ ਦੇ ਆ ਨਾ, ਇੱਧਰੋਂ ਲੱਗੇ ਹੁਣ ਇੱਧਰ ਨੂੰ ਜਾਣਾ, ਜਿੰਨੇ ਫਾਨੇ ਦਿਖਣ ਦੇ ਆ ਪਰਾਂ ਪਰਾਂ। तो वीडियो में ज़्यादा ज़्यादा शेयर कर दो जी, चैनल में कर दो सबसक्राइब, पूरा छिहाड़ ना छिहाड़ मिला के चलता हर सिस्टम। हाँ जी, तो फिर अज तुहानू दिखाया प्लो चलता, तो रूटावेटर चोपर चलता। तो मिलते हैं जी अगली वीडियो दे विच, ते चैनल नू कर लो सबसक्राइब, तो ज़्यादा तो ज़्यादा वीडियो शेयर करो जी, कमेंट करके दस्सो वीडियो किद्दां दी लगी जी। मिलते हैं जी फिर अगली वीडियो दे विच, थैंक यू, मेहरबानी जी। तो प्लीज़ जिन्होंने चैनल नू सबसक्राइब नहीं किया, चैनल नू सबसक्राइब कर लो, तो फिर थोड़ी जी सपोर्ट करो, थैंक यू, मेहरबानी जी।